ਇਹ ਤੇਰੀਆਂ ਹੈਰਾਮ ਜ਼ੇਰਾ ਇਹ ਟਾਕੀ ਆਣੀ ਅੱਗ ਪਈ ਅਸੀਂ ਹੁਣੇ। ਹਾਂਜੀ ਮੈਂ ਜਿਹੜੀ ਫੈਮਲੀ ਪਿੱਛੇ ਤੱਕ ਲਾੜੀ ਅੱਡਾ ਇਸ ਟਾਈਮ ਮੁਝਦਾ ਆਪਣੇ ਉਹ ਵੀ ਜ਼ਮਾਨ ਚੌਕ ਇਸੇ ਆਣੇ ਦੀ ਲਾੜੀ ਅੱਡਾ ਬਾਕੀ ਆਵਾਮ ਗੁਸ ਗਰਕ ਨਹੀਂ ਰਿਹਾ ਤੱਕ ਇੱਥੋਂ ਗੱਡੀਆਂ ਜਾਣੇ ਸਾਡੇ ਸ਼ਹਿਰ ਹਿੰਦੀ ਮਾੜੀ ਥੋੜ੍ਹੇ ਨਾ ਸਿੰਦਰੀ ਆਮ ਹੈ ਜੀ ਕਿਆ ਬਾਤ ਇਸ ਕੀ ਕਿਆ ਕੁਆਲਿਟੀ ਹੈ ਅੱਛਾ ਕੱਟੀ ਤਾਂ ਖਾਈ ਸਕਦੇ ਹੋ। ਹਾਂਜੀ ਮੈਂ ਯੂਡੀ ਫੈਮਲੀ ਮਨਜੀਤ ਜੀ ਜ਼ਮਾਨ ਚੌਕ ਇਸ ਟਾਈਮ ਟਰਾਂਸਪੋਰਟ ਚ ਰਿਹਾ। ਹਾਂਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਮੈਂ ਯੂਡੀ ਫੈਮਲੀ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਕਿਸੋ ਅੱਲਾ ਤਾਲਾ ਇਜ਼ੋ ਇਮਾਨ ਇਸੋ ਸਨ ਮਿਜ਼ਮਾਨ ਗੁਲਾਮ ਸਵਾਦ ਸੋਹਣੀ ਜ਼ਿੰਮੇ ਹਾਜ਼ਰਾ ਜੀ ਅੱਜ ਨਵੀਂ ਵੀਡੀਓ ਗਣੀ। ਹਾਂਜੀ ਮੈਂ ਯੂਡੀ ਫੈਮਲੀ ਅੱਜ ਜੁਮਰਾਤ ਜੈਸੇ ਪਤਾ ਕਿ ਜੁਮਰਾਤ ਦੇ ਦਿਨ ਸਪੈਸ਼ਲ ਮਾੜੀ ਵੀਡੀਓ ਨਹੀਂ ਹੈ ਤਾਂ ਆਈ ਗਈ ਜੀ ਜ਼ਮਾਨ ਚੌਕ ਆਪਣੇ ਡਡਿਆਲ ਤਾਂ ਮੈਂ ਤੱਕੀ ਜੀ ਸੁਜ਼ੂਕੀ ਉਹ ਵੀ ਲੋਹੜੇ ਵੀ ਅੰਬਾਣੀ ਆ ਹੱਸ ਸੋਹਣੇ ਸੋਹਣੇ ਆਪਾਂ ਮਾਨਸਲਾ ਚੱਕ ਕਰੋ ਨਾ ਇਸ ਟਾਈਮ ਪੁੱਛਦੇ ਹਾਂ ਕਿਆ ਰੇਟ ਇੱਥੇ ਪਤਾ ਹੁਣ ਅੰਬਾਂ ਦਾ ਸੀਜ਼ਨ ਹੈ ਜਿਹਨਾਂ ਨਾਲ ਫਲਣ ਬਾਦਸ਼ਾਹ ਹੈ ਅੰਬ ਤਾਂ ਇਸ ਟਾਈਮ ਜਿਹਨਾਂ ਨਾਮ ਸ਼ਮ ਕਿੰਨੇ ਆ ਬਾਕੀ ਜਿਹਨਾਂ ਨਾਲ ਗਾਣੀ ਰੌਣਕ ਆਈ ਹੋ ਪਾਉਣਾ ਵਲਾਗਾ ਨਹੀਂ ਸੀ ਵੀਡੀਓ ਕਾਫੀ ਪਸੰਦ ਸੀ ਬਾਕੀ ਪਸੰਦ ਲਾਈਕ ਕਰਨਾ ਕਮੈਂਟ ਕਰਨਾ ਤੁਸੀਂ ਇਹਨਾਂ ਜ਼ਰੂਰ ਸਬਸਕ੍ਰਾਈਬ ਕਰ ਸੋ ਇਸ ਟਾਈਮ ਜਿਹਨਾਂ ਜ਼ਮਾਨ ਚੌਕ ਤੱਕ ਰੌਣਕ ਸਲਾਮ ਵਾਲੇਕੁਮ ਹਾਨ ਸਾਹਿਬ ਕੈਸੇ ਠੀਕ ਹੈ ਹਿਰਦ ਹੈ ਹਾਂ ਸਾਹਿਬ ਕੌਣ ਸਾ ਇਹ ਆਮ ਹੈ ਸਿੰਦਰੀ ਆਮ ਹੈ ਜੀ ਕਿਆ ਬਾਤ ਇਸ ਕੀ ਕਿਆ ਕੁਆਲਿਟੀ ਹੈ ਅੱਛਾ ਕੱਟੀ ਤਾਂ ਖਾਈ ਸਕਦੇ ਹੋ ਤਾਂ ਜਿਹੜਾ ਨਾ ਮਿਲਕ ਸ਼ੇਕ ਵਾਸਤੇ ਠੀਕ ਰਹਿਣਾ ਹੈ ਜੀ ਇਹ ਕਿਸ ਤਰ੍ਹਾਂ ਕਿਲੋ ਕੌਣ ਸੇ ਇਲਾਕੇ ਕਾ ਸਿੰਧ ਕਾ ਇਹ ਤਾਂ ਕੌਣ ਜੀ ਅੰਬਾਂ ਦਾ ਸੀਜ਼ਨ ਹੈ ਮਾਸ਼ਾਅੱਲਾ ਤਾਂ ਕਿਲੋ ਕੀ ਬਵਾਉਣੇ ਸੋਹਣੇ ਜੀ ਅੰਬ ਇਹ ਕਿਆ ਚੂਸੀ ਸਕਦੇ ਹਾਲੀ ਇਹ ਚੂਸਣੇ ਵਾਸਤੇ ਅੰਬ ਹੈ ਤਾਂ ਹੋਰ ਕਰਿਆ ਕਰਾ ਅੰਬ ਹੈ ਅੱਛਾ ਸਹੀ ਹੈ ਗਿਆ ਠੀਕ ਹੈ ਗਿਆ ਤਾਂ ਰਖਮਾਨੀਆਂ ਨਾ ਕਿਆ ਰੇਟ ਹੈ ਅਲਬਹਾਰੇ ਨਾ ਠੀਕ ਹੈ ਗਿਆ ਜੀ ਠੀਕ ਹੈ ਗਿਆ ਰਖਮਾਨੀਆਂ ਵੀ ਆਈ ਗਈਆਂ ਅਤੇ ਅਲਬਹਾਰਾ ਵੀ ਆਈ ਗਿਆ ਕਿਆ ਬਾਤ ਹੈ ਧੱਕਣਾ ਇਸ ਟਾਈਮ ਆਵਾਮ ਅੰਬ ਖੜੀ ਰਿਹਾ ਹਾਂਜੀ ਮੈਂ ਜਿਹੜੀ ਫੈਮਲੀ ਅੰਬਾਂ ਨੇ ਸੀਜ਼ਨ ਬਾਕੀ ਆਵਾਮ ਜਿਹੜਾ ਨਾ ਅੰਬ ਖੜੀ ਰਿਹਾ ਧੱਕਣਾ ਰਸ਼ ਪਾਈ ਰਹਾਂ ਜਿਹੜਾ ਤਰੋ ਤਰ ਅੰਬ ਖੰਨੇ ਬੰਦੇ ਬਾਕੀ ਮੌਸਮ ਗੱਲ ਕੀਤੀ ਜਾਵੇ ਮਿੱਠੀ ਮਿੱਠੀ ਧੁੱਪ ਹੈ ਠੰਡੀ ਠੰਡੀ ਹਵਾ ਚੁੜੀ ਰਹੀ ਹੈ। ਹਾਂਜੀ ਮੈਂ ਜਿਹੜੀ ਫੈਮਲੀ ਜਾਂ ਮੈਨੇ ਖਰਚੇ ਮੈਂ ਕਿ ਉਸ ਸਭ ਨਹੀਂ ਪੂਰੇ ਨੇ ਇਸ ਨਾਲ ਖਰਚਾ ਹੈ ਨਾ ਕਿ ਮਮਲੈਲ ਪਾਉਣਾ ਪੈਟਰੋਲ ਪਾਉਣਾ ਇਸ ਨਾਲ ਜਿਹਦਾ ਮਮਲੈਲਾਂ ਖਰਚਾ ਹੈ ਭਰਾ ਮਾੜਾ ਕਹਿਣਾ ਕਿ ਸ਼ੌਂਕ ਨਾ ਕੋਈ ਮੁੱਲ ਨਹੀਂ ਤਾਂ ਕੌਣ ਕਿਸੇ ਲੀਟਰ ਅੱਜ ਕੱਲ੍ਹ ਮਮਲੈਲ 500 ਰੁਪਏ ਜੀ ਹਾਲੀ ਆ ਬਹੁ 200 ਰੁਪਏ ਨਾਲ ਇਹ ਗੱਲ ਹੈ ਅਮਾ ਸੋਫਾ ਤਾਂ ਰੱਖਣੇ ਨਾ ਜਾਂ ਮੈਨੇ ਖਰਚੇ ਬੜੇ ਨੇ ਕੋਈ ਸ਼ੱਕ ਨਹੀਂ ਇਸ ਟਾਈਮ ਅਮਲੈਲ ਪਾਉਣੇ ਅੱਜ ਮੈਂ ਸੋਚਿਆ ਜੇ ਨਾ ਸ਼ਹਿਜ਼ਾਦਾ ਕੱਢ ਰਿਹਾ ਦੋਸਤ ਨੂੰ ਬੜਾ ਲਾ ਆਹੋ ਯੂਟਿਊਬ ਚੈਨਲ ਚਲੋ ਆਈ ਯਾਦ ਆਈ ਅਸੀਂ ਨਾ ਫੋਨ ਕਢਾਉਣੇ ਫੋਨ ਸਬਸਕ੍ਰਾਈਬ ਕਰੀ ਗਏ ਅਪਲੋਡ ਸੀ ਨਾ ਭਰਾ ਮਾੜਾ ਮਿਹਰਬਾਨੀ ਮਿਹਰਬਾਨੀ ਆ ਕਹਿੰਦੇ ਅਗਲੀ ਦਫਾ ਪਾਇਆ ਨਾ ਨਹੀਂ ਯਾਦ ਰਿਹਾ ਜੀ ਦੋ ਸੁਣ ਹੀ ਗਿਆ ਸ਼ਹਿਨਸ਼ਾਹ ਬਾਦਸ਼ਾਹ ਭਾਰਾਣਾ ਸ਼ਹਿਜ਼ਾਦਾ ਹੈ ਠੀਕ ਹੈ ਗੱਲ ਹੈ ਭਾਰਾਣਾ ਮਾਸਟਰ ਹੈ ਕੋਈ ਸ਼ੱਕ ਨਹੀਂ ਪੈਟਰੋਲ ਬਹੁਣ 300 ਨੂੰ ਇਹ ਤੇਰੀਆਂ ਹੈਰਾਮ ਜ਼ੇਰਾ ਇਹ ਟਾਕੀ ਆਣੀ ਅੱਗ ਪਈ ਅਸੀਂ ਹੁਣੇ ਅੱਗ ਪਈ ਅਸੀਂ ਹੁਣੇ ਮੁਕਾ ਇੰਜਨ ਤੱਪੇ ਹੀ ਆਹ ਹਮਜ਼ੇਰਾ ਹੋਇਆ ਹਮਜ਼ੇਰਾ ਕਿਆ ਆਣੇ ਮੋਟਰਸਾਈਕਲ ਲਈ ਤਾਂ ਪੈਟਰੋਲ ਪਾਓ ਜੇ ਬਈ ਤਾਂ ਪਾਓ ਸੇਫਟੀ ਸੋਹਾਂ ਮੈਂ ਕਿ ਅੱਗ ਬਹਿਲੀ ਪਵੇ 300 ਓਪਨ ਹੀ ਪਾਓ ਓਪਨ ਬੈਠੇ ਮੈਂ ਸੋਹਾ ਪਈ ਜਾਣ
ਇਹ ਗੱਲ ਹੈ ਤਾਂ ਕੌਣ ਬੈਠੇ ਸੇਫਟੀ ਹੈ ਨਾ। ਹਾਂਜੀ ਮੈਂ ਯੂਡੀ ਫੈਮਿਲੀ ਮੌਜੂਦ ਹਾਂ ਜੀ ਜ਼ਮਾਨ ਚੌਕ ਇਸ ਟਾਈਮ ਤੱਕ ਹੁਣ ਟਰਾਂਸਪੋਰਟ ਜਿਹੜੀ ਬਾਕੀ ਜਰਨਾ ਬਰਫਾਂ ਦਾ ਸੀਜ਼ਨ ਹੈ ਬਰਫ ਜਰਨਾ ਚੱਲੀ ਰਹੀ ਇਸ ਟਾਈਮ ਮੌਜੂਦ ਜੀ ਆਪਣੇ ਜ਼ਮਾਨ ਚੌਕ ਉਹ ਵੀ ਮੈਨ ਚੌਕ ਦੇ ਅੰਦਰ। ਹਾਂਜੀ ਮੈਂ ਯੂਡੀ ਫੈਮਿਲੀ ਪਿੱਛੇ ਤੱਕ ਲਾੜੀ ਅੱਡਾ ਇਸ ਟਾਈਮ ਮੌਜੂਦ ਹਾਂ ਆਪਣੇ ਉਹ ਵੀ ਜ਼ਮਾਨ ਚੌਕ ਇਸ਼ਿਆਣੇ ਜੀ ਲਾੜੀ ਅੱਡਾ ਬਾਕੀ ਆਵਾਮ ਗੋਸ ਗ੍ਰਹਿ ਨਿਕਲੀ ਹੈ ਤੱਕ ਇੱਥੋਂ ਗੱਡੀਆਂ ਜਾਣੀਆਂ ਸਾਡੇ ਸ਼ਹਿਰ ਵਿੱਚੋਂ ਡੜਿਆਲ ਕੋਟਲੀ ਉਸ ਤੋਂ ਬਾਅਦ ਡਗਾਰ ਸਹਿਸਾ ਬਲੋਚ ਹਰ ਜਗ੍ਹਾ ਜਿਹੜੀਆਂ ਗੱਡੀਆਂ ਜਾਣੀਆਂ। ਹਾਂਜੀ ਮੈਂ ਯੂਡੀ ਫੈਮਿਲੀ ਸੁਬਹਾ ਸੁਬਹਾ ਆਈ ਗਿਆ ਬਾਜ਼ਾਰ ਤੱਕ ਹੁਣ ਬਜ਼ਾਨੀ ਰੌਣਕ ਸੁਬਹਾ ਸੁਬਹਾ ਹੀ ਗਏ ਬਾਜ਼ਾਰ ਆਵਾਮ ਸ਼ਾਪਿੰਗ ਵਗੈਰਾ ਕਰੀ ਦੀ ਹੈ। ਕੱਲ੍ਹ ਇਸ ਪਲਾਜ਼ੇ ਕੋਈ ਅੱਗ ਲੱਗੀ ਗਈ ਸੀ ਬੜੀ ਮੁਸ਼ਕਿਲ ਜਿਹੜਾ ਨਸਾਈ ਨੇ ਉਹ ਕੋਈ ਜਨਰੇਟਰ ਨਹੀਂ ਵਜ੍ਹਾ ਸੋ ਰਕਸ਼ੇ ਨੇ ਆਪਣਾ ਹੀ ਮਜ਼ਾ ਪੈਣਾ। ਮੈਂ ਯੂਡੀ ਫੈਮਿਲੀ ਗਰਮ ਗਰਮ ਰੋਟੀਆਂ ਲੱਗੀ ਰਹੀਆਂ ਨਾਲ ਤੱਕ ਹੁਣ ਇੱਧਰ ਸੌਣ ਲੱਗੇ ਆ ਕਿਆ ਬਾਤ ਹੈ ਮੈਂ ਕਿ ਨਾਲ ਹੀ ਤੰਦੂਰਾ ਪਰ ਗਰਮ ਗਰਮ ਰੋਟੀਆਂ ਲੱਗੀ ਰਹੀਆਂ ਸਾਰੇ ਲਾਲਾ ਲਾਈ ਰਹੇ ਰੋਟੀਆਂ ਹੈ ਲਾਲਾ ਨਾਲ ਹੀ ਪੁਰਾਣਾ ਜ਼ਮਾਨਾ ਯਾਦ ਦਾਦਾ ਹੀ ਰਿਹਾ ਇਹ ਗੱਲ ਹੈ ਤੱਕ ਹੁਣ ਜਵਾਨੀ ਨੇ ਗਾਣੇ ਹੈ ਜੀ ਡੈਕ ਪੂਰਾ ਸਿਸਟਮ ਰੱਖਿਆ ਨਹੀਂ ਇਹ ਗੱਲ ਹੈ ਜ਼ਬਰਦਸਤ ਜ਼ਬਰਦਸਤ ਹੈ ਤੱਕ ਹੁਣ ਕਿਆ ਬਾਤ ਹੈ ਉਹ ਕੋਠੀ ਬਣਾਓ ਕੋਠੀ ਦਿਓ ਕੋਠੀ। ਹਾਂਜੀ ਮੈਂ ਯੂਡੀ ਫੈਮਿਲੀ ਅੱਜ ਕੱਢਿਆ ਹੀ ਆਵਾਂ ਕਾਫੀ ਤਕਰੀਬਨ ਕੋਈ 6-7 ਮਹੀਨਿਆਂ ਬਾਅਦ ਮੈਂ ਹਾਂ ਜਿਹੜਾ ਅਸੀਂ ਵਾਸ਼ ਕਰਾਈ ਕਿੰਨਾ ਹੁਣ ਮੈਂ ਸੋਚਿਆ ਕਿ ਏਸੀ ਚਲਾਉਂ ਇਸ ਟਾਈਮ ਜਿਹੜਾ ਮੋਟਰਸਾਈਕਲ ਵਾਸ਼ ਹੈ ਜਾਂ ਚੈੱਕ ਕਰਾਉਣਾ ਸੀਜ਼ਨ ਹੈ ਜੀ ਅਲਬਹਾਰੇ ਨਾਲ ਬਾਕੀ ਮੈਂ ਚੈੱਕ ਕਰੋ ਮਿੱਠਾ ਹੈ ਤਾਂ ਨਹੀਂ ਜੋ ਬਾਕੀ ਦਾਣਾ ਚੈੱਕ ਕਰਿਆ ਮਿੱਠਾ ਹੀ ਹੈ ਮਿੱਠਾ ਹੀ ਹੈ ਅੱਧਾ ਕਿਲੋ ਪਈ ਮਸੇਰਾ ਵਾਹ ਜੀ ਵਾਹ ਬਾਏ ਬਾਏ ਨਿੰਬੂ ਸੋਨੇ ਦੇ ਹਿਸਾਬ ਦੇ। ਹਾਂਜੀ ਮੈਂ ਯੂਡੀ ਫੈਮਿਲੀ ਬਾਕੀ ਆਵਾਂ ਇਸ ਟਾਈਮ ਚੱਲੀ ਰਿਹਾ
ਧੱਕਾ ਹੋਣਾ। ਅੱਛਾ ਜੀ, ਇਹ ਫੋਨ ਕਿੰਦਾ ਜੀ? S20 FE ਆਈ ਥਿੰਕ ਨਾਮ ਹੈ ਇਸ ਨਾਲ, ਬਾਕੀ ਲੱਭਾ ਜਾਣਾ 45,000 ਰੁਪਈਆ ਮੰਗਣੇ 50 ਹੁਣ ਤੱਕ ਉਹ ਕਿੰਨੇ ਕਿੰਨੇ, ਅਦਰਵਾਈਜ਼ ਫੋਨ ਬੇਸ ਕੋਈ ਪਸੰਦ ਨਹੀਂ ਆਇਆ ਤਾਂ ਇਹ ਜਿਹੜਾ ਮੈਂ ਡਨ ਕਰ ਦਿੰਦੇ ਹਾਂ। ਹਿੰਦੀ ਮਾੜੀ ਥੋੜ੍ਹੇ ਨਾ। ਹਾਂ ਜੀ, ਮੈਂ ਯੂਟਿਊਬ ਫੈਮਿਲੀ ਆਈ ਨੇ ਬਾਹਰ ਜੀ, ਬਾਕੀ ਬਿਜ਼ੀ ਬਾਜ਼ਾਰ ਹੈ ਇਸ ਟਾਈਮ ਤੋਂ, ਕੋਲ ਬਿਜਲੀ ਕੋਲ ਜਨਰੇਟਰ ਲੱਗੇ ਹੋਏ। ਜਿਹੜੀ ਫੈਮਲੀ ਇਹ ਸੀ ਇਹਨੇ ਮਿੰਨੀ ਜਿਹਾ ਵਲੋਗ, ਆਈ ਹੋਪ ਆਨੀ ਵੀਡੀਓ ਇਹਨੇ ਵਲੋਗ ਸੀ ਕਾਫੀ ਪਸੰਦ ਆਇਆ ਸੀ। ਅਤੇ ਕੱਲ੍ਹ ਹੈ ਜੀ ਜੁਮਾ, ਤਮਾਮ ਮੈਂ ਮੁਸਲਮਾਨਾਂ ਕਿ ਤਮਾਮ ਯੂਟਿਊਬ ਫੈਮਿਲੀ ਕੀ ਜੁਮਾ ਮੁਬਾਰਕ ਹੈ, ਦੁਆਈ ਜ਼ਰੂਰ ਯਾਦ ਰੱਖੇ। ਇਸ ਟਾਈਮ ਆਈ ਗਈ ਜੀ ਕਾਰ ਛਿੱਤਾ, ਪਰ ਮੌਸਮ ਮੰਤਿਆਂ ਨੇ ਬਾਰਿਸ਼ਾਂ ਚੱਕ ਕਰਾਉਣਾ। ਅਤੇ ਅੱਲਾਹ ਤਾਲਾ ਸਾਨੂੰ ਲੰਬੀ ਜ਼ਿੰਦਗੀ ਦੇਣ, ਹਸਰਾਮ ਸਰ ਕਰਨ, ਅਤੇ ਇਸ ਤਰ੍ਹਾਂ ਦਿਓ ਯਾਦ ਆਪਣੀ ਦੁਆਈਆਂ ਰੱਖੇ ਤਾਂ ਪਾਣੀ ਹਰ ਕੇ ਇੱਕ ਨਵੀਂ ਨਵੀਂ ਸਾਂ। ਅੱਲਾ ਹਾਫਿਜ਼, ਫੀ ਅਮਾਨ ਅੱਲਾ।